ਮੌਸਮ ਵਿਭਾਗ ਦੀ ਪੋਵਿਕ ਖਵਣੀ ਦੇ ਮੁਤਾਬਿਕ ਭਾਵੇਂ ਅੱਜ ਦੇ ਲਈ ਪੰਜਾਬ ਦੇ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ ਪਰ ਰਾਤ ਇੱਕਦਮ ਹੀ ਮੌਸਮ ਬਦਲ ਗਿਆ ਪੰਜਾਬ ਸਮੇਤ ਚੰਡੀਗੜ੍ਹ ਦੇ ਵਿੱਚ ਇੱਕਦਮ ਮੌਸਮ ਸਾਫ ਹੋ ਗਿਆ ਸੀ ਕਿਤੇ ਵੀ ਧੁੰਦ ਦਾ ਕਿਣਕਾ ਵੀ ਨਹੀਂ ਦਿਖਾਈ ਦੇ ਰਿਹਾ ਸੀ ਸਾਰੇ ਇੱਕਦਮ ਹੈਰਾਨ ਸਨ ਕਿ ਇੰਨਾ ਸਾਫ ਮੌਸਮ ਕਿਵੇਂ ਹੋ ਗਿਆ ਬਦਲਵਾਈ ਕਈ ਲੋਕ ਕਹਿ ਰਹੇ ਸੀ ਕਿ ਬਦਲਵਾਈ ਹੋ ਗਈ ਹੈ ਮੀਂਹ ਪੈ ਸਕਦਾ ਪਰ ਮੀਂਹ ਦੀ ਤੱਕ ਕੋਈ ਵੀ ਸੰਭਾਵਨਾ ਮੌਸਮ ਵਿਭਾਗ ਨੇ ਨਹੀਂ ਦਿੱਤੀ ਸੀ ਪਰ ਕਈ ਵਾਰੀ ਸੰਭਾਵਨਾਵਾਂ ਮੌਸਮ ਦੇ ਸਾਹਮਣੇ ਫੇਲ ਹੋ ਜਾਂਦੀਆਂ ਨੇ ਹਾਲਾਂਕਿ ਅੱਜ ਕੁਝ ਇਲਾਕਿਆਂ ਦੇ ਵਿੱਚ ਮਾੜੀ ਮੋਟੀ ਜੀ ਧੁੰਦ ਹੈ ਜਿਹੜੀ ਉਹ ਜ਼ਰੂਰ ਦਿਖਾਈ ਦਿੱਤੀ ਆ ਰਾਤ ਦੀਆਂ ਤਸਵੀਰਾਂ ਤੁਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਦੇਖ ਸਕਦੇ ਹੋ ਅੱਧੀ ਰਾਤ ਦੀਆਂ ਇਹ ਤਸਵੀਰਾਂ ਨੇ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਜਿਹੜਾ ਸੁਨਹਿਰੀ ਰੰਗ ਹੈ ਉਹ ਪੂਰਾ ਸਾਫ਼ ਤੇ ਸਪਸ਼ਟ ਚਮਕਦਾ ਹੋਇਆ ਦਿਖਾਈ ਦਿੱਤਾ ਹਾਲਾਂਕਿ ਤਾਪਮਾਨ ਦੇ ਵਿੱਚ ਤੜਕੇ ਤੜਕੇ 3-4 ਵਜੇ ਗਿਰਾਵਟ ਜ਼ਰੂਰ ਦਰਜ ਕੀਤੀ ਗਈ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਦੇ ਮੁਤਾਬਿਕ ਪੰਜਾਬ ਤੇ ਹਰਿਆਣਾ ਦੇ ਵਿੱਚ ਅਗਲੇ ਹਫਤੇ ਧੁੰਦ ਤੋਂ ਰਾਹਤ ਜ਼ਰੂਰ ਮਿਲੇਗੀ ਪਰ ਠੰਡ ਤੋਂ ਰਾਹਤ ਨਹੀਂ ਮਿਲੇਗੀ ਠੰਡ ਤੋਂ ਰਾਹਤ ਮਿਲਣ ਦੇ ਕੋਈ ਸੰਕੇਤ ਨਹੀਂ ਦਿਖਾਈ ਦੇ ਰਹੇ ਆਉਣ ਵਾਲੇ 4 ਦਿਨਾਂ ਦੇ ਲਈ ਮਾਫ ਕਰਨਾ 4 ਜਾਂ 5 ਦਿਨਾਂ ਦੇ ਲਈ ਇਹ ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਮੌਸਮ ਇਸੇ ਤਰ੍ਹਾਂ ਖੁਸ਼ਕ ਰਹੇਗਾ ਘਟੂ ਘਟ ਤਾਪਮਾਨ ਦੇ ਵਿੱਚ ਕੱਲ ਤੱਕ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਪਰਸੋਂ 22 ਜਨਵਰੀ ਤੋਂ ਤਾਪਮਾਨ 2 ਡਿਗਰੀ ਵਧਣ ਦੀ ਸੰਭਾਵਨਾ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਹਲਕੀ ਹਲਕੀ ਧੁੱਪ ਹੈ ਜਿਹੜੀ ਉਹ ਜ਼ਰੂਰ ਦਿਖਾਈ ਦਿੱਤੀ ਮੌਸਮ ਵਿਭਾਗ ਮੁਤਾਬਿਕ ਹਿਮਾਚਲ ਪ੍ਰਦੇਸ਼ ਵਿੱਚ ਇਸ ਵਾਰੀ ਬਰਫਵਰੀ ਨਾ ਹੋਣ ਕਾਰਨ ਪੰਜਾਬ ਤੇ ਹਰਿਆਣਾ ਦੇ ਵਿੱਚ ਠੰਡ ਕੜਾਕੇ ਦੀ ਪੈ ਰਹੀ ਹੈ ਹਿਮਾਚਲ ਵਿੱਚ ਮੀਂਹ ਨਾ ਪੈਣ ਕਰਕੇ ਇੱਥੇ ਗਰਮੀਆਂ ਦੇ ਵਿੱਚ ਬਿਜਲੀ ਪਾਣੀ ਤੇ ਖੇਤੀ ਦੇ ਲਈ ਚਿੰਤਾ ਦਾ ਸਵੱਬ ਬਣ ਸਕਦਾ ਹੈ 122 ਸਾਲਾਂ ਦਾ ਐਕੀ ਕਹਿੰਦੇ ਰਿਕਾਰਡ ਟੁੱਟ ਗਿਆ ਤੇ ਸੋਕੇ ਵਾਲੇ ਹਾਲਾਤ ਪੈਦਾ ਹੋਣ ਦੇ ਅਸਰ ਨੇ ਮਧ ਪ੍ਰਦੇਸ਼ ਦੇ ਪੋਪਾਲ ਸ਼ਹਿਰ ਦੇ ਵਿੱਚ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਰਹੀ ਘੱਟੋ ਘੱਟ ਤਾਪਮਨ 9. 0 ਡਿਗਰੀ ਦਰਜ ਕੀਤਾ ਗਿਆ ਮੱਧ ਪ੍ਰਦੇਸ਼ ਵਿੱਚ ਪੱਛਮੀ ਗੜਬੜੀ ਦੀ ਵਜ੍ਹਾ ਕਰਕੇ ਤੜਕੇ ਤੋਂ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ 31 ਜਨਵਰੀ ਤੱਕ ਸਕੂਲ ਸਵੇਰੇ 10 ਵਜੇ ਹੀ ਲੱਗਦੇ ਰਹਿਣਗੇ ਧੁੰਦ ਦੀ ਵਜ੍ਹਾ ਕਰਕੇ ਹਾਦਸੇ ਵੀ ਲਗਾਤਾਰ ਵਾਪਰ ਰਹੇ ਨੇ ਪੰਜਾਬ ਦੇ ਅਬੋਰ ਦੇ ਪਿੰਡ 바ਜੀਤਪੁਰ ਕਟਿਆਵਾਲੀ ਅਤੇ मामੂ ਖੇੜਾ ਦੇ ਵਿਚਾਲੇ ਧੁੰਦ ਕਰਕੇ ਡਿਜ਼ਾਇਰ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਰੁੱਖ ਨਾਲ ਟਕਰਾ ਕੇ ਖੇਤਾਂ ਵਿੱਚ ਜਾ ਡੇਗੀ ਜਿਸ ਕਾਰਨ ਕਾਰ ਚਾਲਕ ਦੀ ਜਾਨ ਚਲੇਗੀ ਜਦਕਿ ਕਾਰ ਵਿੱਚ ਬੈਠੀ 11ਵੀਂ ਮਾਤੀ ਵਿਦਿਆਰਥਣ ਜ਼ਖਮੀ ਹੋ ਗਈ ਜਿਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਤਾ ਲੱਗਿਆ ਕਿ ਦਿੱਲੀ ਨੰਬਰ ਦੀ ਡਿਜ਼ਾਇਰ ਕਾਰ ਪਿੰਡ ਬਜੀਤਪੁਰਾ ਤੋਂ मामੂ ਖੇੜਾਵਲ ਜਾ ਰਹੀ ਸੀ ਇਸ ਦੌਰਾਨ ਪਿੰਡ मामੂ ਖੇੜਾ ਦੀ ਰਹਿਣ ਵਾਲੀ 11ਵੀਂ ਜਮਾਤ ਦੀ ਵਿਦਿਆਰਥਣ ਨੇ ਕਾਰ ਚਾਲਕ ਤੋਂ ਲਿਫਟ ਮੰਗ ਲਈ ਕਾਰ ਵਿੱਚ ਬੈਠ ਗਈ ਜਿਵੇਂ ਉਹ ਕਾਰ ਤੋਂ ਬਾਹਰ ਨਿਕਲੇ ਤਾਂ ਡਿਜ਼ਾਇਰ ਕਾਰ ਰਾਹ ਦੇ ਵਿੱਚ ਅਚਾਨਕ ਬੇਕਾਬੂ ਹੋ ਕੇ ਪਲਟ ਗਈ ਰੁੱਖ ਨਾਲ ਟਕਰਾ ਕੇ ਖੇਤਾਂ ਵਿੱਚ ਜਾ ਵੱਜੀ ਅਤੇ ਕਾਰ ਚਾਲਕ ਦੀ ਦਰਦਨਾਕ ਤਰੀਕੇ ਨਾਲ ਜਾਨ ਚਲੀ ਗਈ